ਇੰਗਲੈਂਡ ਤੋਂ ਆਏ ਹੁਸ਼ਿਆਰਪੁਰ ਦੇ ਨੌਜਵਾਨ ਨੇ ਖੇਡਾਂ ਚ ਪਾਈ ਤੱਕ। ਪੰਜਾਬ ਦੇ ਲਈ ਪਾਵਰ ਲਿਫਟਿੰਗ ਕਰਦੇ ਹੋਏ ਜਿੱਤ ਲਏ 4 ਗੋਲਡ ਮੈਡਲ। ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕੇ ਹੁਣ ਪੰਜਾਬ ਦੇ ਨੌਜਵਾਨ ਜੋ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਗਏ ਸਨ, ਹੁਣ ਉਹ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਜੀ ਹਾਂ, ਇੱਕ ਅਜਿਹਾ ਨੌਜਵਾਨ ਜੋ ਇੰਗਲੈਂਡ ਦੇ ਵਿੱਚ ਜਿਸਦਾ ਪਾਲਣ ਪੋਸ਼ਣ ਹੋਇਆ ਪਰ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਤਾਂ ਉਸੇ ਹੁਸ਼ਿਆਰਪੁਰ ਦੇ ਨੌਜਵਾਨ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ, ਪਾਵਰ ਲਿਫਟਿੰਗ ਦੇ ਵਿੱਚ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਅਤੇ 4 ਗੋਲਡ ਮੈਡਲ ਵੀ ਜਿੱਤ ਲਏ। ਇਸ ਨੌਜਵਾਨ ਬਾਰੇ ਤੁਹਾਨੂੰ ਦੱਸਦੇ ਹਾਂ, ਆਹ ਵੇਖਦੇ ਹਾਂ ਇੱਕ ਖਾਸ ਰਿਪੋਰਟ। ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ 'ਤੇ ਵੇਖ ਰਹੇ ਹੋ, ਤਸਵੀਰਾਂ ਹੁਸ਼ਿਆਰਪੁਰ ਦੇ ਨੌਜਵਾਨ ਦੀਆਂ ਨੇ ਜੋ ਕਿ ਇੰਗਲੈਂਡ ਦੇ ਵਿੱਚ ਜਿਸਦਾ ਪਾਲਣ ਪੋਸ਼ਣ ਹੋਇਆ ਪਰ ਇਸ ਨੌਜਵਾਨ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ। ਜੀ ਹਾਂ, ਇਸ ਨੌਜਵਾਨ ਦਾ ਨਾਮ ਅਜੇ ਸ਼ਰਮਾ ਹੈ। ਅਜੇ ਸ਼ਰਮਾ ਦੇ ਪਿਤਾ ਜੋ ਕਿ 30 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਸੈਟਲ ਹੋ ਗਏ ਸਨ ਅਤੇ ਉਹਨਾਂ ਦੇ ਬੇਟੇ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ, ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ 4 ਚੰਨ ਲਾ ਦਿੱਤੇ ਹਨ। ਜੀ ਹਾਂ, ਕਿਉਂਕਿ ਬੇਟੇ ਨੇ ਵੱਡੇ ਹੋ ਕੇ ਦੇਸ਼ ਭਗਤੀ ਦਾ ਜਜ਼ਬਾ ਦਿਖਾਇਆ ਭਾਵੇਂ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਰਿਹਾ। ਜੀ ਹਾਂ, ਦੱਸ ਦਿੰਦੇ ਹਾਂ ਕਿ ਅਜੇ ਸ਼ਰਮਾ ਨੇ ਪਿਤਾ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੇ ਹੋਏ ਖੇਡਾਂ ਦੀ ਦੁਨੀਆ ਦੇ ਵਿੱਚ ਇੱਕ ਅਲੱਗ ਮੁਕਾਮ ਹਾਸਲ ਕੀਤਾ। ਉਹਨਾਂ ਨੇ ਪਾਵਰ ਲਿਫਟਿੰਗ ਨੂੰ ਚੁਣਿਆ ਅਤੇ ਕੜੀ ਮਿਹਨਤ ਕਰਕੇ ਨੈਸ਼ਨਲ ਚੈਂਪੀਅਨ ਬਣ ਗਿਆ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨੈਸ਼ਨਲ ਚੈਂਪੀਅਨ ਬਣ ਕੇ ਗੋਲਡ ਮੈਡਲ ਜਿੱਤ ਕੇ ਜਦੋਂ ਉਹ ਪੰਜਾਬ ਦੀ ਧਰਤੀ ਤੇ ਪਹੁੰਚਿਆ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੰਪਾ ਦੇ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ। ਦੱਸ ਦਿੰਦੇ ਹਾਂ ਕਿ ਗੋਰਿਆਂ ਦੀ ਸਰ ਜ਼ਮੀਨ ਤੇ ਤਿਆਰ ਹੋਏ ਅਜੇ ਸ਼ਰਮਾ ਨੇ ਦੇਸ਼ ਭਗਤੀ ਦਾ ਪਿਆਰ ਵਿਖਾਈ ਦਿੱਤਾ। ਇੰਡੀਆ ਦੇ ਲਈ ਇਹ ਨੌਜਵਾਨ ਖੇਡਣਾ ਚਾਹੁੰਦਾ ਹੈ ਤੇ ਇਸ ਵਾਰ ਇਸ ਨੌਜਵਾਨ ਦੇ ਵੱਲੋਂ ਪੰਜਾਬ ਨੂੰ ਰਿਪ੍ਰੈਜੈਂਟ ਕਰਦੇ ਹੋਏ ਗੋਲਡ ਮੈਡਲ ਵੀ ਜਿੱਤਿਆ ਗਿਆ। ਇਸ ਨੌਜਵਾਨ ਨੇ 300 ਕਿਲੋ ਤੋਂ ਵੱਧ ਦਾ ਵਜ਼ਨ ਚੁੱਕ ਕੇ ਗੋਲਡ ਮੈਡਲ ਜਿੱਤਿਆ ਤੇ ਹਰ ਪਾਸੇ ਇਸ ਨੌਜਵਾਨ ਦੀ ਚਰਚਾ ਬਣੀ ਹੋਈ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਬਾਰੇ ਨੌਜਵਾਨ ਦੇ ਸਵਾਗਤ ਦੇ ਵਿੱਚ ਸ਼ਾਮਿਲ ਹੋਏ ਕੈਬਨਿਟ ਮੰਤਰੀ ਜਿੰਪਾ ਦੇ ਵੱਲੋਂ ਕੀ ਕਿਹਾ ਗਿਆ। ਅੱਜ ਮੈਂ ਕਹਿ ਸਕਦਾ ਪੂਰੇ ਹੁਸ਼ਿਆਰਪੁਰ ਲਈ, ਪੂਰੇ ਪੰਜਾਬ ਲਈ, ਪੂਰੇ ਹੀ ਹਿੰਦੁਸਤਾਨ ਦੇ ਲਈ ਬੜੇ ਹੀ ਸਾਡੇ ਮਾਣ ਵਾਲੀ ਗੱਲ ਹੈ। ਔਰ ਸਾਡੇ ਬਹੁਤ ਹੀ ਸਵਰਗੀਏ ਮਦਨ ਲਾਲ ਜੀ, ਜਿਨ੍ਹਾਂ ਦਾ ਪਰਿਵਾਰ ਇਹ ਜਿਹੜਾ ਬੈਠਾ, ਉਹਨਾਂ ਦਾ ਇਹ ਪੋਤਾ, ਇਹਨੇ ਜਿਹੜਾ ਹੁਸ਼ਿਆਰਪੁਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ, ਅਜੇ ਨੇ ਅਜੇ ਸ਼ਰਮਾ ਜੀ ਨੇ। ਔਰ ਇਹ ਮਾਣ ਪ੍ਰਾਪਤ ਹੋਇਆ ਸਾਡੇ ਛੋਟੇ ਬ੍ਰਦਰ ਧਰਮਿੰਦਰ ਜੀ, ਬੱਬੂ ਜੀ ਜਿਨ੍ਹਾਂ ਨੂੰ ਅਸੀਂ ਕਹੀਦਾ, ਉਹਨਾਂ ਦਾ ਬੇਟਾ ਇਹ, ਔਰ ਇਹਨਾਂ ਦੀ ਦਾਦੀ ਕੁਸ਼ਲਿਆ ਜੀ, ਜਿਹੜਾ ਆਂਟੀ ਦਾ ਇਸ ਪਰਿਵਾਰ ਦਾ ਇਹ ਜਿਹੜਾ ਸਾਰਾ ਕ੍ਰੈਡਿਟ ਹੁੰਦਾ ਨਾ ਜੀ, ਇਹ ਦਾਦਾ ਦਾਦੀ ਨੂੰ ਜਾਂਦਾ। ਵੱਡੀ ਗੱਲ ਇਹ ਆ, ਮੈਂ ਤਾਂ ਇਹ ਗੱਲ ਕਹਿ ਸਕਦਾ ਦਾਦਾ ਜੀ ਨਹੀਂ ਹੈ ਪਰ ਨਾਮ ਰੋਸ਼ਨ ਹੈ, ਬੜੇ ਤਕੜੇ ਆਦਮੀ ਸੀਗੇ। ਦਾਦੀ ਬੈਠੀ ਆ ਬਹੁਤ, ਮਤਲਬ ਜਿਹਨੂੰ ਉਹਨਾਂ ਦਬਕਾ ਮਾਰਦਾ ਨਾ ਸਾਡੇ ਵਰਗੇ ਨੂੰ, ਵੀ ਉਹਨੂੰ ਬਹਿਣਾ ਪੈਣਾ ਉੱਥੇ। ਸੋ ਇਸ ਬੱਚੇ ਨੇ ਸਾਰੀ ਦੁਨੀਆ ਦੇ ਵਿੱਚ ਸਾਡੇ ਹੁਸ਼ਿਆਰਪੁਰ ਦਾ ਨਾਂ ਮਾਨ ਪ੍ਰਾਪਤ ਕੀਤਾ। ਔਰ ਜਿੱਥੇ ਕ੍ਰਿਸ਼ਨਾ ਨਗਰ ਦਾ ਵੀ ਮੈਂ ਕਹਿੰਦਾ ਬਹੁਤ ਵੱਡਾ ਨਾਂ ਹੋਇਆ, ਜਿੱਥੇ ਦੇ ਇਹ ਸਾਰਾ ਪਰਿਵਾਰ ਹੈ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ। ਮੈਂ ਇਹਦੇ ਲਈ ਇਹ ਕਹਿ ਸਕਦਾ ਸਾਡਾ ਫਖਰ ਨਾਲ ਸੀਨਾ ਚੌੜਾ ਹੋਇਆ।
ਇਸ ਬੱਚੇ ਨੂੰ ਦੇਖ ਕੇ ਵੀ ਮੈਂ ਪਹਿਲੀ ਵਾਰੀ ਮਿਲਿਆ, ਲੱਗ ਗਈ ਬਾਕੀ ਸਾਰੇ ਪਰਿਵਾਰ ਦੇ ਨਾਲ ਮੇਰਾ ਬੜਾ ਨਾਤਾ, ਉਹਦਾ ਮੈਨੂੰ ਪਤਾ ਲੱਗਦਾ ਰਹਿੰਦਾ ਸੀ, ਪਰ ਅੱਜ ਮਿਲਣ ਦਾ ਮੌਕਾ ਮੈਨੂੰ ਅਜੇ ਮਿਲਿਆ ਜੀ। ਹਾਂ ਦੇਖੋ ਦੇਖੋ, ਇਹ ਭਾਰਤ ਸਰਕਾਰ ਦੇ ਲਈ ਵੀ ਇੱਕ ਵੱਡੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਦੋਂ ਚਾਹੇ ਇੰਗਲੈਂਡ 'ਚ ਇਹਨਾਂ ਦਾ ਜੰਪ ਵਾਲਾ, ਲੇਕਿਨ ਭਾਰਤ ਸਰਕਾਰ ਦੀ ਇੱਕ ਜ਼ਿੰਮੇਵਾਰੀ, ਪੰਜਾਬ ਗੌਰਮੈਂਟ ਦੀ, ਸਾਡਾ ਬਹੁਤ ਮਾਣ ਵਧਿਆ ਮੈਂ ਕਹਿ ਸਕਦਾ ਨਾਲ, ਔਰ ਖਾਸ ਤੌਰ 'ਤੇ ਸਾਰੀ ਟੀਮ ਬੈਠੀ ਹੈ ਇੱਥੇ, ਕਨੂੰ ਡੋਗਰਾ ਜੀ ਜਿਹੜੇ ਸਾਡੇ ਆਫਿਸਰ ਹੈ ਹੁਸ਼ਿਆਰਪੁਰ ਦਾ ਮਾਨ ਸਨਮਾਨ ਹੈ ਇਹ, ਕਿਉਂਕਿ ਇਹ ਸਪੋਰਟਸਮੈਨ ਆ ਸਾਰਾ ਪਰਿਵਾਰ ਇਹਦਾ, ਜਿਹੜਾ ਤਾਇਆ ਵਿੱਕੀ ਉਹਦਾ ਵੀ, ਉਹ ਇਹ ਸਾਰੀ ਟੀਮ ਸੀ ਕਿਉਂਕਿ ਸਪੋਰਟਸਮੈਨ ਹੈ ਟੀਮ ਦੇ ਅੱਗੇ ਬੱਚਾ ਉਸੀ ਸਮਝ ਦੇ ਨਾਲ ਐਡਾ ਵੱਡਾ ਸਪੋਰਟਸਮੈਨ ਨਿਕਲਿਆ ਦੁਨੀਆ ਦੇ ਵਿੱਚ, ਕਿਉਂਕਿ 365 ਕਿਲੋ ਦੀ ਸਨੈਚ ਜਿਹੜੀ ਹੈ ਬੜੀ ਵੱਡੀ ਗੱਲ ਹੁੰਦੀ ਹੈ, ਸਾਡੇ ਲਈ ਕਿੰਨੀ ਕੁ ਫਖਰ ਦੀ ਗੱਲ ਹੈ, ਕਿੱਡਾ ਹੁਸ਼ਿਆਰਪੁਰ ਦਾ ਇਹ 'ਚ ਚਿਹਰਾ ਆ। ਲੇਕਿਨ ਮੈਂ ਤਾਂ ਕਹਿੰਦਾ ਵੀ ਇਹ ਸਾਡਾ ਨੈਸ਼ਨਲ ਮੀਡੀਆ ਦੇ ਉੱਤੇ ਇਹ ਜਿਹੜਾ ਸੀਗਾ ਲੈਣਾ ਚਾਹੀਦਾ, ਲੇਕਿਨ ਆਉਣ ਵਾਲੇ ਟਾਈਮ ਨੂੰ ਆਪਾਂ ਡੈਫੀਨੇਟਲੀ ਇੱਕ ਇੱਦਾਂ ਦਾ ਪ੍ਰੋਗਰਾਮ ਕਰਾਂਗੇ ਜਿੱਥੇ ਇਸ ਬੱਚੇ ਦੀ ਇੰਟਰੋਡਕਸ਼ਨ ਇੰਟਰਨੈਸ਼ਨਲੀ ਆਲਰੇਡੀ ਹੈਗੀ ਹੈ, ਲੇਕਿਨ ਹੁਸ਼ਿਆਰਪੁਰ ਵੱਲੋਂ ਔਰ ਸਾਡੇ ਵੱਲੋਂ ਵੀ ਇੱਕ ਇੰਟਰੋਡਕਸ਼ਨ ਜਾਣੀ ਚਾਹੀਦੀ ਸੀ, ਤਾਂ ਜ਼ਰੂਰ ਆਉਣ ਵਾਲੇ ਟਾਈਮ ਨੂੰ, ਹੁਣ ਜਿੰਨਾ ਕਿ ਇਹਨਾਂ ਕੋਲ ਟਾਈਮ ਹੋਏਗਾ, ਕਿਉਂਕਿ ਵਰਲਡ ਚੈਂਪੀਅਨਸ਼ਿਪ ਖੇਲਣ ਜਾਣਾ ਇਹਨਾਂ ਨੇ, ਉਹ ਵੀ ਸਾਡੇ ਲਈ ਫਖਰ ਦੀ ਗੱਲ ਹੋਣੀ ਹੈ। ਅਤੇ ਮੇਰੇ ਸਾਰਾ ਹੀ ਹੁਸ਼ਿਆਰਪੁਰ ਦਾ ਸਾਰਾ ਇਹਨਾਂ ਦਾ ਪਰਿਵਾਰ ਬੈਠਾ, ਖਾਸ ਤੌਰ 'ਤੇ ਮੇਰੇ ਮੀਡੀਆ ਦੇ ਸਾਰੇ ਹੀ ਬੜੇ ਸੁਲਝੇ ਹੋਏ ਸਾਥੀ, ਮਿਸ਼ਰਾ ਜੀ, ਹਜ਼ਾਰੀ ਜੀ, ਸਾਰੇ ਸਾਥੀ ਜਿਹੜੇ ਬਹੁਤ ਸੁਲਝੇ ਹੋਏ। ਹਾਂ ਸੋਢੀ ਸਾਹਿਬ ਸਾਡੇ ਸ਼ਹਿਰ ਦਾ ਮਾਨ ਹੈ, ਮੇਰੇ ਨਾਲ ਮੇਹਰ ਸਾਹਿਬ ਬੈਠੇ ਆ, ਸੋ ਇਹ ਸਾਡੇ ਲਈ ਸਾਰਿਆਂ ਦੇ ਬਹੁਤ ਫਖਰ ਦੀ ਗੱਲ ਆ ਸਾਡੇ ਸਾਰਿਆਂ ਲਈ। ਔਰ ਸੋਢੀ ਸਾਹਿਬ ਕਿਉਂਕਿ ਸ਼ਹਿਰ ਦੀ ਪਹਿਲਾਂ ਆਪਣੇ ਵੇਲੇ ਸਪੋਰਟਸਮੈਨ ਰਹੇ ਆ, ਇਹਨਾਂ ਨੇ ਵਿੱਕੀ ਵਰਗੇ ਦੇ ਤਾਏ ਨੂੰ ਸਾਰਿਆਂ ਨੂੰ ਤਗੜੇ ਕੀਤਾ, ਕਨੂ ਵਰਗੇ ਬੰਦੇ ਇਹਨਾਂ ਤੋਂ ਜੂਨੀਅਰ ਸੀਗੇ ਲੇਕਿਨ ਨਿਕਲੇ ਸਾਡੇ ਬੜੇ ਆਫਿਸਰ ਆ, ਪੰਜਾਬ ਦੇ ਮਾਨ ਸ਼ਾਨ ਹੈ। ਸੋ ਇਹ ਸਾਰੇ ਹੀ ਸਾਥੀ ਸਪੋਰਟਸਮੈਨ ਪਰਿਵਾਰ ਆ ਮੈਂ ਕਹਿ ਸਕਦਾ, ਇਸ ਕਰਕੇ ਬੱਚਾ ਜਿਹੜਾ ਹੈ ਇੱਥੇ ਤੱਕ ਪਹੁੰਚਿਆ। ਸੋ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਮੁਬਾਰਕਾਂ, ਸਾਰੇ ਹੁਸ਼ਿਆਰਪੁਰ ਸ਼ਹਿਰ ਨੂੰ ਮੁਬਾਰਕਾਂ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਨੌਜਵਾਨ ਦੀਆਂ ਤਾਰੀਫਾਂ ਦੇ ਪੁੱਲ ਅਦਾਕਾਰਾ ਸੰਗਾ ਨੇ ਵੀ ਬੰਨੇ ਨੇ। ਜੀ ਹਾਂ, ਅਤੇ ਨਾਲ ਹੀ IG ਨਰੇਸ਼ ਟੋਗਰਾ ਵੀ ਇਸ ਮੁਕਾਮ ਤੇ ਪਹੁੰਚੇ ਨੌਜਵਾਨ ਦੇ ਲਈ ਕਾਫੀ ਖੁਸ਼ ਨਜ਼ਰ ਆਏ, ਕਿਉਂਕਿ ਸੰਗਾ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ। ਇਸ ਵੀਡੀਓ ਦੇ ਵਿੱਚ IG ਨਰੇਸ਼ ਟੋਗਰਾ ਵੀ ਨਜ਼ਰ ਆਏ, ਉਹਨਾਂ ਨੇ ਗੋਲਡ ਮੈਡਲ ਅਜੇ ਸ਼ਰਮਾ ਦੇ ਗਲ ਦੇ ਵਿੱਚ ਪਾਏ। ਆਓ ਤੁਹਾਨੂੰ ਵੀਡੀਓ ਵੀ ਵਿਖਾਉਂਦੇ ਹਾਂ ਤੇ ਜਾਣਦੇ ਹਾਂ ਕਿ ਹਰਬੇ ਸੰਗਾ ਨੇ ਨੌਜਵਾਨ ਬਾਰੇ ਕੀ ਕੁਝ ਕਿਹਾ। ਲੈ ਵੇ ਮਿੱਤਰ ਪਿਆਰਿਓ, ਇਹ ਹੈ ਮੁੰਡਾ ਅਜੇ ਨਨੇਸ਼ ਜੋਗਰਾ ਜੀ, IG ਸਾਹਿਬ ਸਾਡੇ ਮਿੱਤਰ ਨੇ, ਔਰ ਇਸ ਕਰਕੇ ਇਹ ਬੰਦੇ ਨੇ ਅਜੇ ਬਾਈ ਨੇ 365 ਕਿਲੋ ਵੇਟ ਚੱਕਿਆ, ਤੇ ਮੈਂ ਤਾਂ ਕਰਕੇ ਆਹ ਦੇਖੋ, ਆਹ ਇਹਦੇ ਮੈਡਲ ਤੇ ਆਹ ਇਹਦੇ ਇਨਾਮ, ਕਿਆ ਬਾਤ ਹੈ। ਤੇ ਆਹ ਦੇਖੋ ਡੋਗਰਾ ਸਾਹਿਬ ਪਾਓ ਉਹਨਾਂ ਦੇ ਮੈਡਲ, ਆਹ ਦੇਖੋ ਕਿਆ ਬਾਤ ਹੈ। ਕਿਆ ਇੱਦਾਂ ਫੇ ਤੁਸੀਂ ਵੀ ਮੈਡਲ ਲਿਆਓਗੇ ਨਾ, ਤੇ ਫੇਰ ਜਵਾਨੀ ਬਚਦੀ ਆ, ਤੇ ਨੈਸ਼ਨਲ ਰਿਕਾਰਡ ਆ, ਤੇ 4 ਵਾਰੀ ਇਹਨੇ ਰਿਕਾਰਡ ਤੋੜਿਆ, ਤੇ ਵੱਡੀ ਗੱਲ ਆ ਇਹਨੇ ਪੰਜਾਬ ਨੂੰ ਰੀਪ੍ਰਜੈਂਟ ਕੀਤਾ, ਹੁਣ ਅਗਲੀ ਵਾਰ ਨੂੰ ਹੈ ਨਾ ਇਹ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ, ਤੇ ਮੁੰਡੇ ਨੂੰ ਫੋਲੋ ਵੀ ਕਰੋ ਤੇ ਇਹਨੂੰ ਬਲੈਸਿੰਗ ਵੀ ਦਿਓ, ਕਿਉਂ ਡੋਗਰਾ ਸਾਹਿਬ? ਥੈਂਕ ਯੂ, ਗੁੱਡ ਲੱਕ ਯਾਰ ਅਜੇ, ਯੂ ਆਰ ਵੈਰੀ ਗ੍ਰੇਟ ਮੈਨ, ਆਲਵੇਜ਼ ਬਲੈਸਿੰਗ ਯੂ। ਅੱਜ
ਅਤੇ ਸ਼ਰਮਾ ਜਿਸਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਤੇ ਹੁਣ ਹਰ ਥਾਂ ਤੇ ਇਸ ਨੌਜਵਾਨ ਦੀ ਉਦਾਹਰਣ ਦਿੱਤੀ ਜਾਂਦੀ ਹੈ ਤਾਂ ਜੋ ਪੰਜਾਬ ਦੇ ਹੋਰ ਨੌਜਵਾਨ ਵੀ ਅਜੇ ਸ਼ਰਮਾ ਤੋਂ ਕੁਝ ਸਿੱਖ ਸਕਣ ਤਾਂ ਹੀ ਪੰਜਾਬ ਨੂੰ ਨਸ਼ਿਆਂ ਤੋਂ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅਤੇ ਨਾਲ ਹੀ ਇਸੇ ਤਰੀਕੇ ਦੀਆਂ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਵੀ ਕਰ ਲੈਣਾ।